ਸੋਹਣ ਲਾਲ ਸ਼ਰਮਾ ਜੀ ਚੇਅਰਮੈਨ, ਮੈਂ ਆ ਗਿਆ ਜੀ ਮਾਲਾ ਮਾਲਾ ਪਾਉਣ ਜੀ, ਸਾਰੇ ਤਾੜੀਆਂ ਗਿੰਨਿਆਂ ਦਾ ਸਵਾਗਤ ਦੇਖੋ ਅਮਲ। ਇਹਦੇ ਬਾਅਦ ਸਤੀਸ਼ ਕੁਮਾਰ ਸ਼ਰਮਾ ਜੀ, ਮੈਂ ਆ ਗਿਆ ਸਤੀਸ਼ ਕੁਮਾਰ ਸ਼ਰਮਾ ਹੋਰ ਅੱਗੇ ਆਈ ਜਾਣ, ਪ੍ਰਧਾਨ ਜਿਹੜੇ ਬਣੇ ਨੇ ਯੁਵਾ ਬ੍ਰਾਹਮਣ ਸਭਾ ਦੇ, ਇਹਨੇ ਵੀ ਮਾਲਾ ਕਿੰਨੇ ਸਵਾਗਤ ਕਰੋ। ਸ਼ੁਭਮ ਮਗੋਤਰਾ ਜੀ ਵਾਈਸ ਪ੍ਰੈਜੀਡੈਂਟ ਕਰਨੇ ਆਈ ਜਾਣ, ਉਹ ਆ ਪੰਕਜ ਸ਼ਰਮਾ ਜੀ, ਪੰਕਜ ਸ਼ਰਮਾ ਜੀ ਸਟੇਜ ਸੈਕਟਰੀ ਅੱਗੇ ਆਈ ਜਾਣ, ਹੁਣੇ ਆਖੋ ਵੀ ਅੱਗੇ ਆਈ ਜਾਣ, ਅਖਿਲ ਸ਼ਰਮਾ ਮੁਕੇਸ਼ ਸ਼ਰਮਾ ਜੀ, ਅਖਿਲ ਹੋਰ ਆਈਏ, ਅਖਿਲ ਉਹਦੇ ਬਾਅਦ ਆਈਏ ਸਰ ਸਾਰੇ। ਉਹਦੇ ਬਾਅਦ ਆਈਏ ਬਾਨੂ ਸਿੰਘ ਸ਼ਰਮਾ ਹੋਰ, ਬਾਨੂ ਜੀ ਬਾਨੂ ਸ਼ਰਮਾ, ਉਹਦੇ ਬਾਅਦ ਅਕਸ਼ੇ ਸ਼ਰਮਾ ਟੁਰ, ਅਕਸ਼ੇ ਹੋਰੀ ਪਾਓ, ਠੀਕ। ਇਹਦੇ ਬਾਅਦ ਇਹ ਕਮੇਟੀ ਜਿਹੜੀ ਯੁਵਾ ਬ੍ਰਾਹਮਣ ਸਭਾ ਦੀ ਉਧਮਪੁਰ ਵਾਸਤੇ ਅੱਜ ਜਿਹੜੀ ਫਰੇਮ ਹੋਈ ਹੈ, ਔਰ ਇਹ ਸਾਰੇ ਪਦ ਅਧਿਕਾਰੀ ਜਿਹੜੇ ਹਨ, ਔਰ ਇਹਦਾ ਸੰਕਲਪ ਹੀ ਹੋਇਆ ਅੱਜ ਇੱਥੇ ਕਿ ਆਪਣੀ ਕੌਮ ਵਾਸਤੇ, ਆਪਣੇ ਸਮਾਜ ਵਾਸਤੇ ਇਹ ਸਾਰੇ ਲੋਕ ਤਨ ਮਨ ਧਨ ਕੰਨੇ ਅੱਛਾ ਕੰਮ ਕਰਨ, ਔਰ ਇਹ ਬੜੀ ਯੁਵਾ ਜਿਹੜੀ ਟੀਮ ਬਣੀ ਹੈ, ਬੜੀ ਅੱਛੀ, ਸਾਰੇ ਹੋਣਹਾਰ ਸਾਰੇ ਬੱਚੇ ਨੇ, ਔਰ ਬੜਾ ਜਜ਼ਬਾ ਇਹਦੇ ਵਿੱਚ ਹੈ ਆਪਣੇ ਸਮਾਜ ਦੇ ਪ੍ਰਤੀ, ਆਪਣੇ ਬਰਾਦਰੀ ਦੇ ਪ੍ਰਤੀ, ਔਰ ਇਹ ਨੇਕ ਕੰਮ ਕਰਨ ਦੇਸ਼ ਵਾਸਤੇ, ਸਮਾਜ ਵਾਸਤੇ, ਔਰ ਆਪਣੀ ਕੌਮ ਵਾਸਤੇ, ਬ੍ਰਾਹਮਣ ਬਰਾਦਰੀ ਵਾਸਤੇ ਅੱਛਾ ਕੰਮ ਕਰਨ। ਤੋ ਅੱਜ ਦੀ ਮੁਬਾਰਕੀ 'ਚ ਮੈਂ ਆਪਣੀ ਤਰਫ ਦਾ, ਬ੍ਰਾਹਮਣ ਸਭਾ ਜੇ ਐਂਡ ਕੇ ਦੀ ਤਰਫ ਦਾ, ਇਹਨੀ ਯੁਵਾ ਬ੍ਰਾਹਮਣ ਸਭਾ ਡਿਸਟ੍ਰਿਕਟ ਉਧਮਪੁਰ ਜਿਹੜਾ ਬਣਿਆ, ਇਹਨੀ ਸਾਰੇ ਕੀ ਬੜੀ ਹਾਰਦੀ ਵਧਾਈ ਔਰ ਬਹੁਤ ਬਹੁਤ ਮੁਬਾਰਕਬਾਦ। ਇਹਦੇ ਬਾਅਦ ਸਾਡੇ ਪ੍ਰਧਾਨ ਯੁਵਾ ਰਾਜਪੂਤ ਸਭਾ ਦੇ ਪ੍ਰਧਾਨ ਆਦਿ ਉਹ ਪਗੜੀ ਕੰਨੇ